ਮਾਨਸਾ ਦੇ ਪਿੰਡ ਸਾਨੀਵਾਲੀ ਵਿਖੇ ਆਦਰਸ਼ ਸਕੂਲ ਦੇ ਪ੍ਰਿੰਸੀਪਲ ਵੱਲੋਂ ਪੰਜਾਬੀ ਭਾਸ਼ਾ ਦਾ ਨਿਰਾਦਰ ਕਰਨ ਅਤੇ ਵਿਦਿਆਰਥੀਆਂ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਵਿੱਚ ਧਰਨਾ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਝੁਨੀਰ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਇਸ ਪਰਚੇ ਵਿੱਚ ਸਾਬਕਾ ਗੈਂਗਸਟਰ ਲੱਖਾ ਸਿਧਾਨਾ ਨੂੰ ਇੱਕ ਸਾਥੀ ਸਮੇਤ ਝੁਨੀਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਲੱਖਾ ਸਿਧਾਨਾ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਉਸ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ। ਲੱਖਾ ਸਿਧਾਨਾ 'ਤੇ FIR ਨੰਬਰ 115 ਜਿਹੜੀ ਥਾਣਾ ਝੁਨੀਰ ਨੇ ਦਰਜ ਕੀਤੀ ਸੀ, ਉਹਦੇ ਵਿੱਚ ਜਿਹੜਾ ਲੱਖਾ ਸਿਧਾਨਾ ਨੂੰ ਅੱਜ ਉੱਥੇ ਕੋਰਟ 'ਚ ਪੇਸ਼ ਕਰਨਾ ਸੀ ਸਡੂਲਗੜ੍ਹ। ਉੱਥੇ ਜੱਜ ਸਾਹਿਬ ਛੁੱਟੀ 'ਤੇ ਹੋਣ ਕਰਕੇ ਇਹਨੂੰ ਮਾਨਸਾ ਮਾਨਯੋਗ ਅਮਰਿੰਦਰਪਾਲ ਸਿੰਘ ACGM ਸਾਹਿਬ ਦੀ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ, ਜਿਸ ਵਿੱਚ ਵਕੀਲ ਸਾਹਿਬਾਨ ਨੇ ਉਹ ਲੱਖਾ ਸਿਧਾਨਾ ਅਤੇ ਉਹਦੇ ਸਾਥੀ ਦੀ ਜ਼ਮਾਨਤ ਲਈ ਆ, ਜਿਹੜੀ ਉਹ 24/9/2018 'ਤੇ ਰੱਖੀ ਗਈ ਆ। ਉਹ ਜ਼ਮਾਨਤ ਦਾ ਜਿਹੜਾ ਫੈਸਲਾ ਉਹਦੀ ਸੁਣਵਾਈ ਆ ਹੁਣ 24/9/2018 ਨੂੰ ਹੋਊਗੀ। ਜੁਡੀਸ਼ੀਅਲ ਰਿਮਾਂਡ ਪੁਲਿਸ ਨੇ ਨਹੀਂ ਮੰਗਿਆ ਸੀਗਾ, ਉਹਨੂੰ ਮਤਲਬ ਜੇਲ੍ਹ ਭੇਜਿਆ ਗਿਆ 14 ਦਿਨਾਂ ਵਾਸਤੇ।